ਫਗਵਾੜਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵੱਲੋਂ 8 ਕਰੋੜ ਦੀ ਗ੍ਰਾਂਟ ਛਾਰੀ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਇਸ ਸਟੇਸ਼ਨ ਦੇ ਨਵੀਨੀਕਰਨ ਵਿੱਚ ਸਟੇਸ਼ਨ ਦੇ ਆਲੇ-ਦੁਆਲੇ ਬਣਾਈ ਜਾ ਰਹੀ ਚਾਰ ਦਿਵਾਰੀ ਵੀ ਸ਼ਾਮਲ ਸੀ ਰੇਲਵੇ ਸਟੇਸ਼ਨ ਫਗਵਾੜਾ ਨਜ਼ਦੀਕ ਖੇੜਾ ਰੋਡ ਅਤੇ ਮਹੱਲਾ ਭਗਤਪੁਰਾ ਰੇਲਵੇ ਲਾਈਨਾਂ ਲਾਗੇ ਬਣਾਈ ਜਾ ਰਹੀ ਇਸ ਚਾਰ ਦਿਵਾਰੀ ਕਾਰਨ ਮਹੱਲਾ ਵਾਸੀ ਕਾਫੀ ਪਰੇਸ਼ਾਨ ਸਨ ਇਸ ਨੂੰ ਲੈ ਕੇ ਉਹਨਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ ਵੀ ਕੀਤੀ ਸੀ ਮਹੱਲਾ ਵਾਸੀਆਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਸੋਮ ਪ੍ਰਕਾਸ਼ ਨੇ ਯਤਨਾਂ ਸਦਕਾ ਰੇ ਦਾ ਕੰਮ ਰੁਕਵਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸੋਮ ਪ੍ਰਕਾਸ਼ ਦਾ ਦਿੱਲੀ ਤੋਂ ਫਗਵਾੜਾ ਵਾਪਸ ਪਹੁੰਚਣ ਤੇ ਮਹਿਲਾ ਵਾਸੀਆਂ ਨੇ ਜ਼ੋਰਦਾਰ ਸਵਾਗਤ ਕੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਫਗਵਾੜਾ ਵਾਸੀਆਂ ਨੇ ਮੈਨੂੰ ਬਹੁਤ ਮਾਣ ਬਖਸ਼ਿਆ ਹੈ ਜਿਨ੍ਹਾਂ ਨੇ ਮੈਨੂੰ ਦੋ ਵਾਰ ਵਿਧਾਇਕ ਬਣਾਇਆ ਤੇ ਇੱਕ ਵਾਰ ਐਮਪੀ ਬਣਾਇਆ ਹੈ ਇਸ ਲਈ ਮੈਂ ਫਗਵਾੜਾ ਵਾਸੀਆਂ ਦੀ ਕੋਈ ਵੀ ਸੇਵਾ ਕਰ ਸਕਾਂ ਉਹ ਥੋੜੀ ਹੈ ਉਹਨਾਂ ਸਮੂਹ ਸ਼ਹਿਰ ਵਾਸੀਆਂ ਦਾ ਉਹਨਾਂ ਦੇ ਜ਼ੋਰਦਾਰ ਸਵਾਗਤ ਲਈ ਧੰਨਵਾਦ ਕਰਦੇ ਹਾਂ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਵੀ ਉਹ ਫਗਵਾੜਾ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ ਫਗਵਾੜਾ ਵਾਸੀਆਂ ਨੇ ਮੈਨੂੰ ਹਮੇਸ਼ਾ ਬਹੁਤ ਮਾਣ ਦਿੱਤਾ ਹੈ ਤਿੰਨ ਵਾਰ ਇਲੈਕਸ਼ਨ ਦੋ ਵਾਰੀ ਐਮ.ਐਲ.ਏ ਇੱਕ ਵਾਰੀ ਐਮ.ਪੀ ਬਣਾ ਕੇ ਮੈਨੂੰ ਇੱਥੇ ਭੇਜਿਆ ਇਹਨਾਂ ਦੀ ਕੋਈ ਵੀ ਸੇਵਾ ਕਰ ਸਕਾਂ ਬਹੁਤ ਥੋੜੀ ਹੈ ਅੱਜ ਮੈਂ ਦਿੱਲੀ ਤੋਂ ਇੱਥੇ ਆਇਆ ਫਗਵਾੜਾ ਸਾਰੇ ਸ਼ਹਿਰ ਵਾਸੀਆਂ ਨੇ ਮੈਨੂੰ ਇੱਥੇ ਆ ਕੇ ਸਨਮਾਨਿਤ ਕੀਤਾ ਮੈਂ ਮੈਂ ਤਾਂ ਰੋਮ ਰੋਮ ਰਿਣੀ ਆ ਫਗਵਾੜੇ ਵਾਲਿਆਂ ਦਾ ਜਿਨ੍ਹਾਂ ਨੇ ਇਹਨਾਂ ਮੈਨੂੰ ਮਾਣ ਦਿੱਤਾ ਹਮੇਸ਼ਾ ਲਈ ਜੋ ਵੀ ਮੈਂ ਇਹਨਾਂ ਲਈ ਕਰ ਸਕਦਾ ਚਾਹੇ ਰੇਲਵੇ ਦੀ ਕੋਈ ਕੰਮ ਹੋਵੇ ਜਾਂ ਕਿਸੇ ਵੀ ਜਗ੍ਹਾ ਦਾ ਕੰਮ ਹੋਵੇ ਮੈਨੂੰ ਕਰਕੇ ਸੰਤੁਸ਼ਟੀ ਮਿਲਦੀ ਖੁਸ਼ੀ ਹੁੰਦੀ ਹੈ ਔਰ ਮੈਂ ਆਪਣਾ ਫਰਜ਼ ਸਮਝਦਾ ਇਹ ਕੋ ਬਹੁਤਾ ਇਸ਼ਾਨ ਕਿਸੇ ਤੇ ਨਹੀਂ ਕੀਤਾ ਮੇਰਾ ਆਪਣੀ ਡਿਊਟੀ ਸੀ ਤੁਹਾਡੀ ਕੋਈ ਤਕਲੀਫਾ ਮੇਰੀ ਆਪਣੀ ਤਕਦੀਫ ਹੈ ਇਸ ਕਰਕੇ ਮੈਂ ਅੱਗੇਲੇ ਵੀ ਤੁਹਾਨੂੰ ਵਾਦਾ ਕਰਦਾ ਜੋ ਵੀ ਮੈਂ ਕਰ ਸਕਦਾ ਉਹ ਤੁਹਾਨੂੰ ਬਿਨਾ ਕਿਸੇ ਦੇ ਕਰੂੰਗਾ ਇਹ ਮੇਰੀ ਡਿਊਟੀ ਬਣਦੀ ਹੈ ਔਰ ਤੁਸੀਂ ਮੈਨੂੰ ਜਿਹੜਾ ਮਾਨ ਇੱਜ਼ਤ ਦਿਨੇ ਹੋ ਮੇਰਾ ਤੇ ਮੇਰਾ ਪਰਿਵਾਰ ਸਾਰਾ ਤੁਹਾਡਾ ਹਮੇਸ਼ਾ ਵਾਛਲੇ ਰਹਿਣੀ ਹੈ ਬਹੁਤ ਬਹੁਤ ਬਧਾਈ ਧੰਨਵਾਦ ਸਮਾਜ ਸੇਵਕ ਮਲਕੀਆ ਸਿੰਘ ਰਗਬੋਤਰਾ ਨੇ ਕਿਹਾ ਕਿ ਖੇੜਾ ਰੋਡ ਫਗਵਾੜਾ ਦੇ ਵਾਸੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸਨ ਉਹਨਾਂ ਦੇ ਘਰਾਂ ਦੇ ਮੂੰਹ ਵੀ ਰੇਲਵੇ ਲਾਈਨਾਂ ਵੱਲ ਨੂੰ ਸਨ ਪਰ ਕੰਧ ਬਣਨ ਕਾਰਨ ਉਹ ਕਾਫੀ ਪਰੇਸ਼ਾਨ ਸਨ ਇਸ ਦੇ ਚਲਦਿਆਂ ਹੀ ਉਹਨਾਂ ਨੇ ਨੀਤਾ ਸੋਮਪrakash ਨਾਲ ਹੀ ਆਪਣੀ ਸਮੱਸਿਆ ਨੂੰ ਲੈ ਕੇ ਸੋਮਪrakash ਨਾਲ ਮੁਲਾਕਾਤ ਕੀਤੀ ਸੀ ਤੇ ਸੋਮਪrakash ਨੇ ਉਹਨਾਂ ਦੀ ਸਮੱਸਿਆ ਹੱਲ ਕਰਵਾਈ ਹੈ ਉਹ ਇਸ ਉਦਮ ਲਈ ਸੋਮਪrakash ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਉਹਨਾਂ ਕਿਹਾ ਕਿ ਉਹ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਸੋਮਪrakash ਅੱਗੇ ਤੋਂ ਵੀ ਸਾਡੀ ਅਗਵਾਈ ਕਰਦੇ ਰਹਿਣ 70-75 ਸਾਲ ਤੋਂ ਖੇੜਾ ਰੋਡ ਦੇ ਵਸਨੀਕ ਖੇੜਾ ਰੋਡ ਤੇ ਰਹਿ ਰਹੇ ਸੀਗੇ ਔਰ 70-75 ਸਾਲ ਤੋਂ ਉਹਨਾਂ ਦੇ ਰੇਲਵੇ ਲਾਈਨ ਅੱਲੋਂ ਉਹਨਾਂ ਦਾ ਨੰਗਣ ਲਈ ਰਸਤਾ ਸੀਗਾ ਔਰ ਰਿਲੈਕਸ ਜੀਵਨ ਜੀ ਰਹੇ ਸੀਗੇ ਜੀ ਉਹਨਾਂ ਦੇ ਆਦਾਰੇ ਵੀ ਉੱਥੇ ਚੱਲਦੇ ਸੀਗੇ ਕਦੀ ਕਿਸੇ ਨੇ ਟੋਕ ਨਹੀਂ ਕੀਤੀ ਇਸ ਕਰਕੇ ਇਹਨਾਂ ਨੇ ਆਪਣੇ ਘਰਾਂ ਦੇ ਮੂੰਹ ਵੀ ਉਧਰ ਕੱਢ ਲਏ ਸੀਗੇ ਔਰ ਸਾਰੀ ਉਮਰ ਦੀ ਕਮਾਈ ਉਹਨਾਂ ਘਰਾਂ ਤੇ ਲਾ ਕੇ ਅੱਛੇ ਘਰ ਬਣਾ ਲਏ ਸੀ ਅੱਛੀ ਦੇਖਾ ਲਏ ਸੀਗੇ ਜੀ ਔਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਹ ਰੇਲਵੇ ਅਥਾਰਟੀ ਨੇ ਕਹਿਤਾ ਕਿ ਇਹ ਤੋਂ ਕੰੰਧਾ ਅੱਗੇ ਕਰਕੇ ਇਹਨੂੰ ਸਾਰਾ ਬੰਦ ਕਰ ਦੇਣਗੇ ਜਿਸ ਤਿੱਕੇ ਪਤਾ ਲੱਗਾ ਕੰੰਧ ਕਰਨ ਦਾ ਸੀਗਾ ਮਸਲਾ ਉਹਦੇ ਨਾਲ ਇਦਾਂ ਲੱਗ ਰਿਹਾ ਸੀ ਇਕੱਲੇ ਘਰ ਹੀ ਨਹੀਂ ਬੰਦ ਹੋ ਰਹੇ ਬਲਕਿ ਘਰ ਦੀ ਹਵਾ ਜਿਹੜੀ ਆ ਹਵਾ ਵੀ ਬੰਦ ਹੋ ਰਹੀ ਜਿਸ ਦੇ ਨਾਲ ਲੋਕਾਂ ਨੂੰ ਜੀਣਾ ਵੀ ਬਹੁਤ ਔਖਾ ਹੋ ਰਿਹਾ ਸੀਗਾ ਇਦਾਂ ਦੇ ਘਰਾਂ ਦੇ ਸਾਡੀਆਂ ਮੇਰੀਆਂ ਭੈਣਾਂ ਖੜੀਆਂ ਸਾਡੇ ਭਰਾ ਖੜੇ ਆ ਵਿਚਾਰੇ ਵਰਤੂਲੀ ਰੋਂਦੇ ਸੀਗੇ ਵੀ ਕਿਸ ਤਰੀਕੇ ਨਾਲ ਉਮਰ ਭਰ ਦੀ ਕਮਾਈ ਲਾ ਲਈ ਔਰ ਕਮਾਈ ਲਾਉਣ ਤੋਂ ਬਾਅਦ ਅਸੀਂ ਘਰ ਬਣਾਇਆ ਜਿੱਥੇ ਵਸੇਰਾ ਕਰ ਰਹੇ ਵਸੇਰਾਤ ਦੀ ਸ਼ਾਂਤਾਂ ਰੋਜੀ ਰੋਟਰੀ ਜਗਾ ਨਹੀਂ ਰਹੀ ਤੇ ਨਾਲ ਸਾਨੂੰ ਸਾਹ ਲੈਣ ਲਈ ਆਕਸੀਜਨ ਵੀ ਮਿਲਣੀ ਉਸ ਟਾਈਮ ਦੇ ਸਤਕਾਰ ਜੋ ਭੈਣ ਜੀ ਦੇ ਸੀ ਜਾ ਕੇ ਇਹਨਾਂ ਦੇ ਚਰਨਾਂ 'ਚ ਬੈਠੇ ਜੀ ਇਹਨਾਂ ਨੇ ਸਾਡੇ ਸਾਰਿਆਂ ਦੀ ਬਾਹ ਫੜੀ ਇਹ ਸਾਨੂੰ ਅੱਗੇ ਲੈ ਕੇ ਤੁਰੇ ਜੀ ਆ ਭੈਣ ਜੀ ਦੇ ਮੂੰਹ ਤੋਂ ਵੀ ਦੇਖ ਸਕਦੇ ਕਿੰਨੇ ਕਸ਼ਟ ਸੀਗੇ ਸਾਰੇ ਜੀ ਔਰ ਇਹਨਾਂ ਫੜ ਕੇ ਸਾਡੇ ਸਤਿਕਾਰਯੋਗ ਸੋਮ ਪ੍ਰਕਾਸ਼ ਜੀ ਦੇਖੋ ਮਹਾਰਾਜ ਦੀ ਕਿਰਪਾ ਕੀ ਸਾਮਤ ਬਣਾਈਆਂ ਜਿਸ ਭਾਵੇਂ ਇਸ ਦੇਹ ਪ੍ਰਮਾਤਮਾ ਨੇ ਕਿਰਪਾ ਕੀਤੀ ਇਹ ਸਾਡੇ ਇਸ ਕੰਸਿਸਟੈਂਸੀ ਦੀ ਪਾਰਲੀਮੈਂਟ ਦੇ ਮੈਂਬਰ ਦੇ ਤੌਰ ਤੇ ਔਰ ਮੰਤਰੀ ਦੇ ਤੌਰ ਤੇ ਸੇਵਾ ਕਰਦੇ ਇੱਥੇ ਸਾਡੀ ਇਹਨਾਂ ਫਰਿਆਦ ਪੈਂਦੀ ਨੇ ਪਹੁੰਚਾਈ ਔਰ ਇਹਨਾਂ ਨੇ ਕਬੂਲ ਕਰਕੇ ਅੱਜ ਇਹ ਆਏ ਹਨ ਕਿ ਤੁਹਾਡੇ ਸਾਰਿਆਂ ਦੀ ਸਮੱਸਿਆਵਾਂ ਚਾਹੇ ਖੇੜਾ ਰੋਡ ਦੇ ਵਸਨੀਕ ਹਨ ਚਾਹੇ ਭਗਤਪੁਰੇ ਦੇ ਹਨ ਜਾਹੇ ਰੇਲਵੇ ਜੀਐਸਟੀਐਮਐਲ ਦੇ ਨਾਲ ਜਿੱਥੇ ਰੋਜੀ ਰੋਟੀ ਕਮਾਉਂਦੇ ਨੇ ਸਾਡੇ ਭਾਈ ਸਾਰਿਆਂ ਦੀ ਸਮੱਸਿਆ ਇਹ ਹੱਲ ਕਰਕੇ ਸਾਡੀ ਇਹਨਾਂ ਝੋਲੀ 'ਚ ਪਾਤੀ ਆ ਅਸੀਂ ਦਿਲੋਂ ਸੱਚੇ ਮਨ ਦੇ ਨਾਲ ਇਹਨਾਂ ਦੇ ਰਿਣੀ ਆ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਅਜਿਹੇ ਵਿਅਕਤੀ ਜਿਹੜੇ ਅੱਛੀ ਸੋਚ ਦੇ ਮਾਲਕ ਹਨ ਜਿਹੜੇ ਸਾਰੇ ਸੀ ਦਾ ਭਲਾ ਕਰਦੇ ਹਨ ਅਜਿਹੇ ਭਲਾ ਕਰਨ ਲਈ ਅੱਗੇ ਆ ਕੇ ਸਾਡੀ ਸਾਰਿਆਂ ਦੀ ਅਗਵਾਈ ਕਰਦੇ ਹਨ ਇਹ ਸੱਚੇ ਮਨ ਨਾਲ ਅਰਦਾਸ ਆ ਜੀ ਇਹਨਾਂ ਦਾ ਇਹਨਾਂ ਲਈ ਸਤਿਕਾਰਯੋਗ ਸੋਮ ਪ੍ਰਕਾਸ਼ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜੀ ਸਾਰੇ ਇੱਕ ਵਾਰ ਸੱਚੇ ਮਨ ਦੇ ਨਾਲ ਇਹਨਾਂ ਦਾ ਸੱਚੇ ਮਨ ਨਾਲ ਅਰਦਾਸ ਕਰਕੇ ਆਪਾਂ ਵੀ ਪ੍ਰਮਾਤਮਾ ਨੂੰ ਯਾਦ ਕਰਕੇ ਇਹਨਾਂ ਦੀ ਜਿਆਜਾ ਕਾਰ ਕਰਦੇ ਹਾਂ